अस्सलाम वालेकुम जी, मैं तड़ा अपना होस्ट बाबा जी, सेव हिस्टोरिकल प्लेसेस ऑफ पाकिस्तान, सेव गुरुद्वारा एंड टेम्पल्स ऑफ पाकिस्तान, पंजाबी कल्चर एंड हेरिटेज एंड खालसा राज फुटस्टेप्स इन पाकिस्तान। कुछ यादा जड़िया ने बड़िया ही इंसान तंग कर दिया ने, खोरिया होंदिया ने। यह रेलवे लाइन जी है आ रही है लाहौर तो, इधर नारोवाल है और नारोवाल तो अगे ये चली जाती है रेलवे लाइन जी है लाहौर चली जाती है, सियालकोट चली जाती है। यह पिछे मेरे एक तारीखी रेलवे स्टेशन है जिसका नाम है जसड़। जसड़ तो बाद ही स्टाप जिहड़ा दरबार साहिब करतारपुर का आता है और उतों जिथे बाबा गुरु नानक साहब ने जिंदगी दे अपने 18 साल गुजारे सन आखिरी, और उस तो बाद उन्हां दी डैथ हो गई सी, ज्योति जोत समा गए सी या वो फोत हो गए सन, उत्थे ही उन्हां दा दरबार है और उन्हां समाध भी है। 47 दे विच जगह ने बहुत कुछ देखा, इत्थे बहुत कट वट हुई है क्योंकि इत्थों एक बाईपास सी ए सामने जिहड़ा कि गुरदासपुर नूं जांदा सी। और रेलवे ट्रैक ते खैर दो बार जदों इंडिया ने पानी छड्या, रावी दे ज़्यादा पानी आन पारों जिहड़ा वो बन जिहड़ा सी टुट गया, रेलवे लाइन बैठ गई, तो आहिस्ता आहिस्ता फिर 71 वाले मामले तो बाद जिहड़ा इस नूं बिल्कुल ट्रैक नूं ख़त्म कर दिता गया। इत्थों जिहड़ी डाइवर्जन हुंदी सी जांदी सी समझ लो गुरदासपुर नूं। अपने ग्रुप मैंबर ने कोल राय साहब दा बड़ी बिटर ट्रुथ है इस जसल स्टेशन नाल। इत्थों ही उन्होंने फादर ने रावी के दरम्यान जो जाके कहा, जो ट्रेन लंघी तो उन्होंने कहा कि हुण शाह नहीं रहे, लखों कख हो गए हैं, इस वास्ते इस दरिया सुटो। 47 ने वंड ने बड़ा कुछ दिखाया। बरकर मेरी कुछ अपनी यादा जड़िया ने इस जगह के नाल, मैं इस जगह लैके बहुत इमोशनल हाँ क्योंकि मेरे जिहड़े पेरेंट्स ने उन्हां दा तलक इस मिट्टी नाल है, ऐसे इलाके तो है। इस स्टेशन ते अज तो कोई 25 वरे पहले मैं अपनी माँ दे नाल सफ़र किया, अपने भैन भाइयों नाल सफ़र किया, जदों कि मैं इन्ना कि जिन्ना हुंदा सी, छोटा जिन्ना हुंदा सी। पो माँ दी रात होवे और गड्डी लाहौर तो आके इत्थे रुक जावे, इत्थों ही उतर के असी एक विआह अटेंड करन लई जांदे आं अपनी मासी दी बेटी दा। ਕਿਵੇਂ ਦੱਸਾਂ ਮੈਂ ਕਿ ਮੈਨੂੰ ਉਹ ਯਾਦ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਸਤਾ ਰਹੀ ਹੈ, ਕਿੰਝ ਕਿੰਝ ਆ ਰਹੀ ਹੈ। ਇੱਥੋਂ ਆ ਕੇ ਅਸੀਂ ਇਸ ਜਗ੍ਹਾ 'ਤੇ ਗੱਡੀ ਰੁਕੀ ਔਰ ਅਸੀਂ ਇੱਥੋਂ ਉਤਰ ਕੇ ਅਤੇ ਇਹ ਰਸਤਾ ਜਿਹੜਾ ਆਸਤਾ ਆਸਤਾ ਥੱਲੇ ਥੱਲੇ ਇੱਥੋਂ ਸਟੇਸ਼ਨ ਮਾਸਟਰ ਨਿਕਲਿਆ ਅਤੇ ਉਹਨੇ ਕਿਹਾ ਕਿ ਤੁਸੀਂ ਇੰਨੀ ਸਰਦੀ ਦੇ ਵਿੱਚ ਕਿੱਥੇ ਜਾ ਰਹੇ ਹੋ? ਅਤੇ ਮੇਰੀ ਮਾਂ ਜੀ ਨਾਲ ਸਨ ਅਤੇ ਉਹਨਾਂ ਨੇ ਕਿਹਾ ਇੱਥੇ ਪਿੰਡ ਨਾਲ ਪਿੰਡ 'ਚ ਵਿਆਹ ਹੈ, ਪੰਡੋਰੀ ਪਿੰਡ ਹੈ ਜਿੱਥੇ ਮੇਰੀ ਮਾਸੀ ਜੀ ਦਾ ਪਿੰਡ ਹੈ, ਅਤੇ ਪੰਡੋਰੀਆਂ ਅਸੀਂ ਜਾਣਾ ਸੀ ਅਤੇ ਇੱਥੋਂ ਪੈਦਲ ਜਾਈਦਾ ਸੀ। ਉਦੋਂ ਚੰਗੇ ਸਮੇਂ ਸਨ, ਸਾਦੇ ਸਮੇਂ ਸਨ। ਉਹਨਾਂ ਕਿਹਾ ਜੀ ਬੀਬੀ ਅੱਗੇ ਤਾਂ ਬੜੀ ਧੁੰਦ ਹੈ ਅਤੇ ਬੜੀ ਸਰਦੀ ਹੈ, ਤੁਸੀਂ ਅੱਗੇ ਮਤ ਜਾਓ। ਵਾਲਦਿਆਂ ਨੇ ਕਿਹਾ ਫਿਰ ਕੀ ਕੀਤਾ ਜਾਏ, ਬਾਕੀ ਭੈਣ ਭਾਈਆਂ ਨੂੰ ਛੋਟਿਆਂ ਨੂੰ ਸਾਰਿਆਂ ਨੂੰ ਲੈ ਕੇ ਮੈਂ ਇੰਨਾ ਖੋਵਾਂਗਾ ਜਿੰਨਾ ਕਿ ਇਹ ਬੱਚਾ ਟੁਰਿਆ ਜਾਂਦਾ, ਇਹ ਖਲੋਤਾ, ਮੈਂ ਇੰਨਾ ਕੀ ਸੀ। ਮੇਰੀ ਮਾਸੀ ਦੀ ਧੀ ਨੇ ਵਿਆਹ ਕੇ ਜੰਡਿਆਲਾ ਜਾਣਾ ਸੀ, ਸਿਆਲਕੋਟ ਦੇ ਕੋਲ ਜਿਹੜਾ ਜੰਡਿਆਲਾ, ਜ਼ਫਰਵਾਲ ਦੇ ਕੋਲ ਸੋਰੀ, ਉੱਥੇ ਜਾਣਾ ਸੀ। ਅਤੇ ਅਸੀਂ ਇੱਥੋਂ ਨਿਕਲਦੇ ਹਾਂ ਕਿ ਇਹ ਜਿਹੜੀ ਸੀ ਮੁਸਾਫਿਰ ਪੈਣਾ ਸੀ, ਪੈਸੰਜਰਸ ਵਾਸਤੇ ਰੈਸਟ ਵਾਲੀ ਜਗ੍ਹਾ ਸੀ।
ਕਿੰਨੇ ਕਮਾਲ ਦੀ ਗੱਲ ਹੈ ਕਿ 1947 ਦੇ ਵਿੱਚ ਕੌਲ ਰਾਏ ਦੇ ਪੇਰੈਂਟਸ ਕੌਲ ਰਾਏ ਨੂੰ ਲੈ ਕੇ ਐਸੀ ਜਗ੍ਹਾ ਦੱਸੇ ਆਏ ਸਨ। ਇਹ ਹੀ ਉਹ ਜਗ੍ਹਾ ਹੈ ਕੌਲ ਰਾਏ ਸਾਹਿਬ। ਮੇਰਾ ਖਿਆਲ ਹੈ ਕਿ ਸ਼ਾਇਦ ਮਿੱਟੀ ਇੱਕ ਹੋਣ ਪਰੋਂ ਤੁਹਾਡੇ ਮੇਰੇ ਦਰਦ ਕੁਛ ਥੋੜ੍ਹੇ ਜਿੰਨੇ ਸਾਂਝੇ ਨੇ। ਮੈਂ ਸ਼ੇਅਰ ਕਰਨਾ ਚਾਹਾਂਗਾ ਕਿ ਕੌਲ ਰਾਏ ਸਾਹਿਬ ਦੇ ਪੇਰੈਂਟਸ ਜਦੋਂ ਉੱਥੋਂ ਅਕਬਰ ਪਿੰਡ ਤੋਂ ਉੱਜੜ ਕੇ ਆਏ ਨੇ ਅਤੇ ਬਰਾਸਤਾ ਇਸ ਜਗ੍ਹਾ ਤੋਂ ਗੁਰਦਾਸਪੁਰ ਇੰਟਰ ਹੋਏ ਸਨ। ਖੈਰ ਮੈਂ ਆਪਣੇ ਪੇਰੈਂਟਸ ਦੀਆਂ ਯਾਦਾਂ ਜਿਹੜੀਆਂ ਲੈ ਕੇ ਮੈਂ ਵੀ ਇੱਥੇ ਆਇਆ। ਇਸ ਜਗ੍ਹਾ ਤੋਂ ਅਸੀਂ ਅੰਦਰ ਦਾਖਲ ਹੋਏ ਹਾਂ। ਇਹੀ ਕੱਟ, ਇਹੀ ਹੈ ਵੇਲੇ ਦੇ ਫੁੱਟਪਾਥ ਜਿਹੜੇ ਨੇ। ਇਸ ਕਮਰੇ ਦੇ ਅੰਦਰ ਸਾਨੂੰ ਬਿਠਾ ਦਿੱਤਾ ਗਿਆ, ਅਤੇ ਸਟੇਸ਼ਨ ਮਾਸਟਰ ਨੇ ਅੱਗ ਜਲਾ ਦਿੱਤੀ। ਅੱਗ ਜਲਾਈ ਦੇ ਸੀ, ਅੱਗ ਸੇਕਦੇ ਰਹੇ ਇਸ ਜਗ੍ਹਾ ਦੇ ਉੱਤੇ। ਮੈਨੂੰ ਅੱਜ ਵੀ ਆਪਣੀ ਮਾਂ ਦਾ ਸ਼ਫਕਤ ਵਰਿਆ ਹੱਥ ਜਿਹੜਾ ਯਾਦ ਆਉਂਦਾ, ਮੈਨੂੰ ਆਪਣੀ ਮਾਂ ਦਾ ਪਿਆਰ ਯਾਦ ਆਉਂਦਾ। ਮੈਂ ਤੁਹਾਡੇ ਨਾਲ ਪਹਿਲੇ ਸ਼ੇਅਰ ਕੀਤਾ ਸੀ ਸਨਖਤਰਾ ਹਾਈ ਸਕੂਲ ਬਿਲਟ ਇਨ 1910 ਦੇ ਵਿੱਚ ਬਣਿਆ ਹੋਇਆ ਮੇਰੇ ਫਾਦਰ ਦਾ ਸਕੂਲ ਸੀ ਜਿੱਥੋਂ ਉਹਨਾਂ ਨੇ ਮਿਡਲ ਕੀਤੀ ਸੀ। ਮੈਂ ਉਹਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਸੀ ਕਿ ਇਸ ਜਗ੍ਹਾ ਦੇ ਉੱਤੇ ਮੈਂ ਆਪਣੀ ਮਾਂ ਦੇ ਨਾਲ ਇਸ ਜਗ੍ਹਾ ਦੇ ਉੱਤੇ ਬੈਠ ਕੇ ਇੱਥੇ ਅੱਗ ਜਲ ਰਹੀ ਸੀ ਉਸ ਵੇਲੇ, ਔਰ ਉਸ ਅੱਗ ਦੇ ਦੁਆਲੇ ਅਸੀਂ ਸਾਰੇ ਭੈਣ ਭਾਈ ਬੈਠੇ ਸਾਂ। ਮਦੀਹਾ ਬੇਟਾ, ਇੱਧਰ ਆਪਕੀ ਨਾਨੀ ਅੰਮੀ ਬੈਠੀ ਵੀ ਦੀ ਸਾਥ ਹਮਾਰੇ ਤੋ ਹਮ ਸ਼ਾਦੀ ਬਰੀਆਂ ਬਰਾਏ। ਮੈਂ ਹਰ ਉਹ ਯਾਦ ਨੂੰ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾਂ ਜਿਹੜੀ ਕਿ ਹਿਸਟਰੀ ਨਾਲ ਜੁੜੀ ਹੈ ਜਾਂ ਮੇਰੀ ਆਪਣੀ ਫੈਮਿਲੀ ਹਿਸਟਰੀ ਨਾਲ ਜੁੜੀ ਹੈ। ਮੈਂ ਉਹਨੂੰ ਲੈ ਕੇ ਹਮੇਸ਼ਾ ਹੀ ਇਮੋਸ਼ਨਲ ਹੋ ਜਾਂਦਾ ਵਾਂ। ਅਤੇ ਇਹ ਉਹ ਜਗ੍ਹਾ ਸੀ ਜਿੱਥੇ ਮੇਰੀਆਂ ਆਪਣੀਆਂ ਯਾਦਾਂ ਨੇ। 1947 ਦੇ ਵਿੱਚ ਵੀ ਬਹੁਤ ਕੱਟ ਵੱਲਡ ਇੱਥੇ ਹੋਇਆ, ਬਹੁਤ ਲੋਕ ਮਾਰੇ ਗਏ ਔਰ ਕੁਛ ਲੋਕ ਸੇਫਲੀ ਜਿਹੜੇ ਨੇ ਈਸਟ ਪੰਜਾਬ ਦੇ ਵਿੱਚ ਪਹੁੰਚ ਗਏ। ਗੱਲ ਕਰ ਰਿਹਾ ਸੀ ਮੈਂ ਆਪਣੇ ਪੇਰੈਂਟਸ ਦੀ, ਫਿਰ ਮੁੜ ਕੇ ਸਰਦੀ ਲੱਗੇ ਅਤੇ ਮਾਂ ਇਸ ਤਰ੍ਹਾਂ ਹੱਥ ਗਰਮ ਕਰੇ ਔਰ ਇਸ ਤਰ੍ਹਾਂ ਕਰਕੇ ਲਾਵੇ, ਪੁੱਤ ਠੰਡ 'ਤੇ ਨਹੀਂ ਲੱਗਦੀ। ਅੱਜ ਮਾਂ ਨੂੰ ਗੁਜ਼ਰਿਆਂ ਕੁਛ 8-9 ਵਰੇ ਗੁਜ਼ਰ ਗਏ ਮਾਂ ਨੂੰ ਗੁਜ਼ਰਿਆ ਹੋਇਆ, ਲੇਕਿਨ ਯਾਦਾਂ ਸਟੇ ਅੱਜ ਵੀ ਜਿਹੜੀਆਂ ਨੇ ਤਾਜ਼ੀਆਂ ਨੇ। ਮੈਨੂੰ ਇਹ ਡਰ ਜਿਹੜੇ ਨੇ, ਮੈਨੂੰ ਇੰਝ ਲੱਗ ਰਿਹਾ ਮੈਂ ਨੱਕ ਕੇ ਇੱਥੋਂ ਬਾਹਰ ਚੱਲਦਾ ਹਾਂ ਅਤੇ ਮੇਰੀ ਮਾਂ ਨੂੰ ਕਹੇ ਸ਼ਾਹਿਦ ਨਾ ਜਾ ਬਾਹਰ ਸਰਦੀ ਹੈ। ਉਹ ਮਾਂ ਕਿੱਥੇ ਗਈ? ਉਹ ਮਾਂ ਚਲੀ ਗਈ ਦੁਨੀਆ ਤੋਂ, ਔਰ ਉਸ ਮਾਂ ਦੇ ਨਾਲ ਗੁਜ਼ਾਰਿਆ ਇੱਥੇ ਵਕਤ ਜਿਹੜਾ ਮੇਰਾ, ਉਹ ਮੈਨੂੰ ਬਹੁਤ ਯਾਦ ਆਉਂਦਾ। ਮੈਂ ਜਦ ਵੀ ਜੱਸੜ ਦਾ ਨਾਮ ਸੁਣਨਾ ਵਾਂ ਜਾਂ ਜੱਸੜ ਦੀ ਕੋਈ ਗੱਲ ਸੁਣਨਾ ਵਾਂ, ਮੈਨੂੰ ਆਪਣੀ ਮਾਂ ਜ਼ਰੂਰ ਯਾਦ ਆਉਂਦੀ ਹੈ। ਔਰ ਇੱਥੋਂ ਜਲਦੀ ਨਾਲ ਉੱਤੇ ਆ ਗਏ, ਉਸ ਜਗ੍ਹਾ ਤੋਂ ਥੱਲੇ ਉੱਤਰੇ ਹਾਂ। ਯਾਦਾਂ ਹਮੇਸ਼ਾ ਹੀ ਜਿਹੜੀਆਂ ਨੇ ਇਨਸਾਨ ਨੂੰ ਤੰਗ ਕਰਦੀਆਂ ਨੇ, ਲੇਕਿਨ ਦਰੋ ਦੀਵਾਰ ਉਹੀ ਨੇ, ਸਾਰਾ ਕੁਛ ਉਹੀ ਹੈ ਪੇਰੈਂਟਸ ਦੀਆਂ। ਲੇਕਿਨ ਬਦਲ ਗਏ ਹਾਂ ਤਾਂ ਅਸੀਂ ਬਦਲ ਗਏ ਹਾਂ, ਬਦਲਿਆ ਤਾਂ ਸਮੇਂ ਬਦਲਿਆ, ਬਾਕੀ ਜਗ੍ਹਾ ਤਾਂ ਉਹੀ ਹੈ, ਉਹਦਾ ਤਾਂ ਕੁਛ ਵੀ ਨਹੀਂ ਬਦਲਿਆ। ਦਿਲ ਕਰਦਾ ਕਿ ਇਹੀ ਮੈਂ ਉਹ ਜਿਹੜੇ ਦੋਸਤ ਹਨ ਮੈਂ ਉਹਨਾਂ ਨੂੰ ਦੁਬਾਰਾ ਤੋਂ ਆ ਕੇ ਲਾਵਾਂ ਔਰ ਮੈਂ ਇੱਥੇ ਅੱਗ ਸੇਕਣ ਵਾਸਤੇ ਬੈਠ ਜਾਵਾਂ। ਜਦ ਵੀ ਜੱਸੜ ਤੋਂ ਗੁਜ਼ਰਨਾ ਵਾਂ, ਮੇਰਾ ਇੱਕ ਬਹੁਤ ਜ਼ਿਆਦਾ ਪਿਆਰ ਹੈ ਇਸ ਛੇਲੀ ਦੇ ਨਾਲ, ਜਿਹੜਾ ਪਿਆਰ ਹੈ ਕਿਉਂਕਿ ਇਹ ਗਰਮਾ ਦਿੰਦੇ ਸੀ ਜਿਹੜੇ ਲੋਕ ਸਰਦੀਆਂ ਦੇ ਵਿੱਚ ਆਉਂਦੇ ਸੀ
ਟ੍ਰੇਨ 'ਤੇ ਉਤਰਦੇ ਸਨ ਲਾਹੌਰ ਤੋਂ ਕਿ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਦੀਆਂ ਯਾਦਾਂ ਇਸ ਜਗ੍ਹਾ ਨਾਲ ਬਹੁਤ ਜ਼ਿਆਦਾ ਸਾਰੀਆਂ ਜੁੜੀਆਂ ਹੋਣਗੀਆਂ ਕਿਉਂਕਿ ਮੇਰੇ ਨਨਿਆਲ ਇੱਥੋਂ ਥੋੜ੍ਹਾ ਜਿਹਾ ਹੀ ਅੱਗੇ ਨੇ, ਨੂਰਕੋਟ ਸਟਾਪ ਹੈ। ਮੈਂ ਥੋੜ੍ਹਾ ਜਿੰਨਾ ਸਟੇਸ਼ਨ ਦੇ ਮੁਤਲਕ ਉੱਥੋਂ ਦੱਸਦਾ ਜਾਂਦਾ ਵਾਂ ਕਿ ਲਾਹੌਰ ਤੋਂ ਕਿਸ ਤਰ੍ਹਾਂ ਜੱਸੜ ਪਹੁੰਚਿਆ ਜਾਂਦਾ ਸੀ। ਇਹ ਉਹੀ ਸੀੜੀਆਂ ਨੇ ਕਿ ਜਦ ਮੈਂ 7 ਸਾਲ ਦਾ ਸੀ ਸਿਰਫ, ਔਰ ਮੈਂ ਇਹਨਾਂ ਸੀੜੀਆਂ ਤੋਂ ਦੌੜਦਾ ਦੌੜਦਾ ਮੈਂ ਉਤਰਦਾ ਸੀ ਔਰ ਦੌੜਦਾ ਦੌੜਦਾ ਚੜ੍ਹਦਾ ਸੀ ਮੈਂ ਇੱਥੇ। ਨੈਕਸਟ ਸਟੇਸ਼ਨ ਦਾ ਨਾਮ ਦਰਬਾਰ ਸਾਹਿਬ ਕਰਤਾਰਪੁਰ ਹੈ ਔਰ ਉਸ ਵੇਲੇ ਦੀ ਕਰੰਸੀ ਦੇ ਮੁਤਾਬਿਕ 5 ਰੁਪਏ ਜਿਹੜੇ ਇਨਸਾਨ ਇੱਥੇ ਤੋਂ ਕਿਰਾਇਆ ਸੀ ਉੱਥੇ ਦਾ। ਉਸ ਤੋਂ ਬਾਅਦ ਮੇਰੀ ਮਾਸੀ ਜੀ ਦਾ ਪਿੰਡ ਆ ਜਾਂਦਾ ਸੀ ਬੁਸਤਾਨ ਅਫਗਾਨਾ, ਉਸ ਤੋਂ ਬਾਅਦ ਨੂਰਕੋਟ ਜਿਹੜਾ ਕਿ ਮੇਰਾ ਨਾਨਕਾ ਪਿੰਡ ਹੈ, ਅਮਰਦੀਪ ਆਏ ਸਨ ਮੈਂ ਉਹਨਾਂ ਨੂੰ ਦਿਖਾਇਆ ਸੀ। ਉਸ ਤੋਂ ਬਾਅਦ ਚਲਾ ਜਾਂਦਾ ਹੈ ਸ਼ਕਰਗੜ੍ਹ। ਅਗਰ ਨਾਮ ਲਿੱਤਾ ਜਾਏ ਸ਼ਕਰਗੜ੍ਹ ਦਾ ਤਾਂ ਬਹੁਤ ਜ਼ਿਆਦਾ ਸਾਰੇ ਨਾਮ ਆਉਂਦੇ ਨੇ ਸਾਹਮਣੇ। ਸ਼ਿਵ ਕੁਮਾਰ ਬਟਾਲਵੀ ਸ਼ਕਰਗੜ੍ਹ ਦੇ, ਦੇਵ ਆਨੰਦ ਸ਼ਕਰਗੜ੍ਹ ਦੇ, ਫਿਰ ਉਸ ਤੋਂ ਬਾਅਦ ਚੱਕ ਮਰਿਆਲ ਹੈ ਔਰ ਪਾਕਿਸਤਾਨ ਦਾ ਲਾਸਟ ਸਟੇਸ਼ਨ ਜਿਹੜਾ ਹੈ ਚੱਕ ਅਮਰੂ ਹੈ। ਸ਼ੁਰੂ ਹੋ ਰਿਹਾ ਕਿਉਂਕਿ ਲਾਹੌਰ ਤੋਂ ਜਿਹੜੀ ਟ੍ਰੇਨ ਆਉਂਦੀ ਸੀ ਨਾਰੋਵਾਲ ਤੋਂ ਆ ਕੇ ਉਹ ਚੇਂਜ ਹੋ ਜਾਂਦੀ ਸੀ, ਲਿਹਾਜ਼ਾ ਨਾਰੋਵਾਲ, ਫਿਰ ਰਈਆ ਖਾਸ, ਬਦੋਮਲੀ, ਨਾਰੰਗ ਮੰਡੀ, ਸ਼ਾਦਰਾਬਾਗ ਔਰ ਲਾਹੌਰ। ਟੋਟਲ 1, 2, 3, 4, 5, 6, 7, 8 ਸਟੇਸ਼ਨ ਕ੍ਰੋਸ ਕਰਨ ਤੋਂ ਬਾਅਦ ਅਸੀਂ ਆਪਣੇ ਨਾਨਕਾ ਪਿੰਡ ਪਹੁੰਚਦੇ ਸੀ। ਅਗਰ ਬਿਟਰ ਟ੍ਰੁਥਸ ਆਫ 1947 ਨੂੰ ਦੇਖੋ ਤੇ ਇਸ ਸਟੇਸ਼ਨ ਦੇ ਨਾਲ ਲੋਕਾਂ ਦੀਆਂ ਯਾਦਾਂ ਬਹੁਤ ਜ਼ਿਆਦਾ ਸਾਰੀਆਂ ਜੁੜੀਆਂ ਹੋਣਗੀਆਂ। ਅਗਰ ਕੌਲ ਰਾਏ ਸਾਹਿਬ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਜ਼ਰੂਰ ਯਾਦ ਆਏਗਾ ਤੁਸੀਂ ਇਸ ਜਗ੍ਹਾ ਤੋਂ ਉੱਤੋਂ, ਤੁਸੀਂ ਵੀ 5-6 ਸਾਲ ਦੇ ਸੀ ਅਤੇ ਤੁਹਾਡੀਆਂ ਵੀ ਯਾਦਾਂ ਉਸ ਵੇਲੇ ਦੀਆਂ ਨੇ ਔਰ ਮੇਰੀਆਂ ਵੀ ਯਾਦਾਂ ਉਸ ਵੇਲੇ ਦੀਆਂ ਨੇ। ਕਦੀ ਤਾਂ ਦਿਲ ਕਰਦਾ ਉਸ ਵਕਤ ਨੂੰ ਮੈਂ ਹੱਥ ਪਾ ਕੇ ਦੁਬਾਰਾ ਫੜ ਲਵਾਂ, ਕਦੇ ਦਿਲ ਕਰਦਾ ਮੈਂ ਦੁਬਾਰਾ ਆਪਣਾ ਬਚਪਨ ਵਾਪਸ ਲੱਭ ਲਵਾਂ, ਸਭ ਕੁਛ ਵਾਪਸ ਮਿਲ ਜਾਏਗਾ ਲੇਕਿਨ ਗੁਆਚੀਆਂ ਮਾਵਾਂ ਕਿਸੇ ਨੂੰ ਦੁਬਾਰਾ ਵਾਪਸ ਨਹੀਂ ਮਿਲਦੀਆਂ। ਮੈਂ ਤਾਂ ਇਹੀ ਕਹਾਂਗਾ ਕਿ ਇਨਸ਼ਾਅੱਲਾ ਨਿਤ ਕਿਸੇ ਦੀਆਂ ਮਾਵਾਂ ਨਾ ਮਰਨ, ਕੋਈ ਕਿਸੇ ਤੋਂ ਕਿਸੇ ਦੀ ਮਾਂ ਨਾ ਵਿਛੜੇ। ਮਾਵਾਂ ਦੇ ਦੁੱਖ ਬਹੁਤ ਹੀ ਗਹਿਰੇ ਹੁੰਦੇ ਨੇ ਔਰ ਮਾਵਾਂ ਨਾਲ ਜੁੜੀਆਂ ਯਾਦਾਂ ਜਿਹੜੀਆਂ ਨੇ ਉਹ ਬਹੁਤ ਦਰਦ ਦਿੰਦੀਆਂ ਨੇ। ਜਦੋਂ ਤੱਕ ਬੰਦੇ ਦਾ ਆਖਰੀ ਸਾਹ ਹੁੰਦਾ ਉਸ ਵੇਲੇ ਵੀ ਉਹ ਆਪਣੀ ਮਾਂ ਦਾ ਨਾਮ ਕਰਦਾ, ਇਹ ਮੇਰਾ ਨਾਨਕਾ, ਇਸ ਵਾਸਤੇ ਮੈਨੂੰ ਆਪਣੀ ਮਾਂ ਦੀ ਯਾਦ ਆਉਂਦੀ ਹੈ। ਮੈਂ ਹਾਂ ਤੁਹਾਡਾ ਆਪਣਾ ਉਸ ਬਾਬਾ ਜੀ, ਤਾਂ ਦੇਖਦੇ ਰਹੋ ਤੁਸੀਂ ਫਿਰ ਖਾਲਸਾ ਰਾਜਪੂਤ ਸਟੈਪਸ ਇਨ ਪਾਕਿਸਤਾਨ ਔਰ ਪੰਜਾਬੀ ਕਲਚਰ ਐਂਡ ਹੈਰੀਟੇਜ।